ਪਰ ਜਿੰਨਾ ਲੰਬਾ ਕੋਹਲ ਚੱਲ ਰਿਹਾ ਹੈ ਇਹ ਕਾਨੂੰਨ ਤੇ ਆਪਾਂ ਵਾਪਸ ਕਰਾਵਾਂਗੇ ਕਰਾਵਾਂਗੇ ਨਾਲ ਦੀ ਨਾਲ ਮੋਦੀ ਦੇ ਰਾਜ ਦੀਆਂ ਜੜ੍ਹਾਂ ਲਗਾਤਾਰ ਤੁਸੀਂ ਪੋਲੀਆਂ ਕਰਦੇ ਜਾ ਰਹੇ ਹੋ ਇਹਦੇ ਵਿੱਚ ਸਾਡੇ ਕੋਹਲ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਆ ਕਿ ਸੰਸਾਰ ਪੱਧਰ ਤੇ ਇੰਨੀ ਬਾਦੀ ਇੰਨੀ ਸੰਖਿਆ ਜਿਹੜੀ ਕਿਸਾਨੀ ਖੇਤੀ ਨਾਲ ਜੁੜੀ ਹੋਈ ਆ ਕਿਤੇ ਵੀ ਨਹੀਂ ਹੈ ਮੈਂ 25 ਤਰੀਕ ਨੂੰ ਇੱਥੇ ਸਟੇਜ ਤੋਂ ਬੋਲਿਆ ਸੀ ਕਿ 60 ਕਰੋੜ ਦੀ ਆਬਾਦੀ ਕਿਸਾਨੀ ਦੀ ਹੈ 13 ਕਿਚੋ 13 ਕਰੋੜ ਮਜ਼ਦੂਰ ਖੇਤ ਮਜ਼ਦੂਰ ਹੈ ਖੇਤੀ ਦਾ ਨਿਰਭਰ ਹੈ ਜਿਹੜੀ ਆਪਾਂ ਕਿਸਾਨ ਪ੍ਰੇਡ ਕਰਨੀ ਸੀ ਉਹਦੇ ਨਾਲ ਸੰਬੰਧਤ ਬਹੁਤ ਸਾਰੇ ਸੰਸਥਾਵਾਂ ਜੁੜੀਆਂ ਹੋਈਆਂ ਬਹੁਤ ਸਾਰੀਆਂ ਦੁਕਾਨਾਂ ਜੁੜੀਆਂ ਹੋਈਆਂ ਉਹਨਾਂ ਦਿਖਾ ਰਣਾ ਕਿ 80 82 ਕਰੋੜ ਆਬਾਦੀ ਜਿਹੜੀ ਸੰਸਾਰ ਤੇ ਇਹ ਸਭ ਤੋਂ ਵੱਧ ਹੈ ਤੇ ਇਸ ਨੂੰ ਖੋਲ ਕੇ ਦੇਖ ਧਿਆਨ ਨਾਲ ਸੁਖ ਲੈਣਾ ਚਾਹੀਦਾ ਹੈ ਕਿ ਅਸੀਂ ਸੰਸਾਰ ਪੱਧਰ ਦੀਆਂ ਉਹ ਨੀਤੀਆਂ ਨੂੰ ਪਿਛਲ ਮੋੜਾ ਦੇਣਾ ਜਿਹੜਾ 30 ਸਾਲਾਂ ਤੋਂ ਸੰਸਾਰੀ ਕੰਨ ਅਦਾਰੀ ਕਾ ਤੇ ਨਿੱਜੀ ਕੰਨ ਦੀਆਂ ਨੀਤੀਆਂ ਲਗਾਤਾਰ ਸਾਡੇ ਹਾਕਮ ਸਾਡੇ ਤੇ ਲੱਧ ਰਹੇ ਆ ਤੇ ਲੋਕਾਂ ਨੂੰ ਬੇਰੁਜ਼ਗਾਰ ਕਰ ਰਹੇ ਆ ਦੁਨੀਆ ਦੀ ਵਿਸ਼ੇਸ਼ਤਾ ਇਹ ਹੈ ਕਿ ਭਾਰਤ ਇੱਕ ਜਵਾਨੀ ਦਾ ਦੇਸ਼ ਹੈ 137 ਕਰੋੜ ਵਾਦੀ ਚੋ 75 ਕਰੋੜ ਬਹਾਦੀ ਜਵਾਨੀ ਦੀ ਹੈ ਜਿਹੜੀ 35 ਸਾਲ ਤੋਂ ਥੱਲੇ ਹੈ ਜਿਨ੍ਹਾਂ ਲੰਮਾ ਸਮਾਂ ਤੇ ਜਿਨ੍ਹਾਂ ਤੇ ਉਹਨੂੰ ਸਾਰੀਆਂ ਸੁੱਖ ਸਹੂਲਤਾਂ ਚਾਹੀਦੀਆਂ ਇਸ ਕਰਕੇ ਕਾਨੂੰਨ ਵੱਸ ਲਾਗੂ ਹੋਣਗੇ ਤੀਜੀ ਇਹਦੀ ਵਿਸ਼ੇਸ਼ਤਾ ਇਹ ਹੈ ਕਿ ਸਾਡਾ ਕੋਲ ਸ਼ਾਂਤੀਪੂਰਵਕ ਚੱਲ ਰਿਹਾ ਹੈ ਇਹ ਤਿੰਨੇ ਵਿਸ਼ੇਸ਼ਤਾ ਕਰਕੇ ਇਹ बार-बार ਸਾਡੇ ਸੰਯੁਕਤ ਮੋਰਚੇ ਦੇ ਲੀਡਰ ਸਹਿਬਾਨ ਇਹ ਬੇਨਤੀਆਂ ਕਰਦੇ ਕਿ ਅਸੀਂ ਸਫਲ ਹੋਵਾਂਗੇ ਇਹ ਕਾਨੂੰਨ ਰੱਦ ਕਰਾ ਕੇ ਜਾਵਾਂਗੇ ਐਮ ਆਰ ਸੀ ਦੇ ਮਿਨੀਮਮ ਸਪੋਰਟ ਪ੍ਰਾਈਸ ਦੀ ਕਾਨੂੰਨੀ ਗਾਰੰਟੀ ਕਰਾ ਕੇ ਦੇਵਾਂਗੇ ਤੇ ਮੋਦੀ ਹੁਣੀ ਟਾਰਾ ਮਾਰਦੇ ਫਿਰਦੇ ਆ ਵੀ ਵਿਕਾਸ ਕਰ ਰਹੇ ਆ ਵਿਕਾਸ ਕਰ ਰਹੇ ਆ ਆਰਥਿਕ ਮਾਰਾਂ ਨੂੰ ਪੁੱਛ ਕੇ ਵੇਖ ਲਓ ਵਿਕਾਸ ਕੀ ਹੁੰਦਾ ਹੈ ਵਿਕਾਸ ਹੁਦਾ ਵੱਤ ਤੋਂ ਵੱਧ ਹੱਥਾਂ ਨੂੰ ਰੁਜ਼ਗਾਰ ਦੇਣਾ ਅੱਜ 45 ਸਾਲ ਤੋਂ ਪਿਛਲੇ 45 ਸਾਲਾਂ ਤੋਂ ਸਭ ਤੋਂ ਵੱਧ ਬੇਰੁਜ਼ਗਾਰੀ ਅੱਜ ਹੈ ਮੋਦੀ ਨੇ ਇਹਨਾਂ ਵਿਕਾਸ ਕੀਤਾ ਕਿ ਲਗਭਗ ਸਾਰੇ ਲੋਕਾਂ ਕੋ ਹੱਥਾਂ ਤੋਂ ਰੋਜ਼ਗਾਰ ਖੋ ਲਿਆ ਹੈ ਰੋਜ਼ਗਾਰ ਖੋਣ ਦੇ ਨਾਲ-ਨਾਲ ਉਹ ਕਾਰਪੋਰੇਟ ਘਰਾਣਿਆਂ ਦਾ ਲਗਾਤਾਰ ਮਾਲਾ-ਮਾਲ ਉਹਨੂੰ ਕਰ ਰਿਹਾ ਹੈ ਜਿਹੜਾ ਬੈਂਕਾਂ ਦਾ ਪੈਸਾ ਨਹੀਂ ਮੋੜ ਸਕਦਾ ਉਹਨੂੰ ਨਾ ਗਰਾਊਂਡ ਹੋ ਜਾ ਕਹਿ ਕੇ ਉਹਤੇ ਲੀਗ ਮਾਰੀ ਗਈ ਆ ਲੀਗ ਮਾਰੀ ਜਾਂਦੀ ਹੈ ਜਦੋਂ ਬੈਂਕਾਂ ਘਾਟੇ ਚ ਜਾਂਦੀਆਂ ਉਹਨਾਂ ਨੂੰ ਬਰਜ ਕੀਤਾ ਜਾ ਰਿਹਾ ਹੈ 27 ਬੈਂਕਾਂ ਤੋਂ 12 ਬੈਂਕਾਂ ਰਹਿ ਗਈਆਂ ਇਹ ਆ ਮੋਦੀ ਦਾ ਵਿਕਾਸ ਜਦੋਂ 14 ਜ ਆਇਆ ਸੀ ਸੁਆਮੀ ਨਾਥਨ ਕਮਿਸ਼ਨ ਦੀ ਬਹੁਤ ਦਿਹਾਈ ਪਉਂਦਾ ਸੀ ਕਹਿੰਦਾ ਸੀ ਮੈਂ ਨੋਨਸੋ ਨੇ ਬੜਾਈਆਂ ਪਰ ਮੈਂ ਲਾਗੂ ਕਰਾਂਗਾ ਲਾਗੂ ਨਹੀਂ ਕੀਤੀ ਹਰਫੀਆਂ ਬਿਆਨ ਉਹ ਤੇ ਦਿੱਤਾ ਸੁਪਰੀਮ ਕੋਰਟ ਚ ਮੈਂ ਉਹਨੂੰ ਲਾਗੂ ਨਹੀਂ ਕਰ ਸਕਦਾ ਜਦੋਂ ਇਹ 14 ਜ ਆਇਆ ਸੀ 1% ਲੋਕਾਂ ਕੋ 53 ਪੈਸੇ ਸੀ ਅੱਜ 7 ਸਾਲਾਂ ਚ 1% ਲੋਕਾਂ ਕੋ 73 ਪੈਸੇ ਹੋ ਗਏ ਇਹ ਮੋਦੀ ਦਾ ਵਿਕਾਸ ਹੋ ਰਿਹਾ ਹੈ ਇਹ ਪਰਵਰਤਨ ਯਾਤਰਾ ਕਰਦਾ ਫਿਰਦਾ ਬੰਗਾਲ ਚ ਇਹ ਸ਼ਾਮ ਜੀ ਜਾ ਕੇ ਕਰਦਾ ਫਿਰਦਾ ਮੈਂ ਬਹੁਤ ਤਰੱਕੀ ਕਰ ਰਿਹਾ ਇਹ ਕਿਹੜੀ ਤਰੱਕੀ ਕਰ ਰਿਹਾ ਇਹ ਕਾਰਪੋਰੇਟ ਘਰਾੜਿਆਂ ਦੀ ਤਰੱਕੀ ਹੋ ਰਹੀ ਹੈ ਉਹਨਾਂ ਲਈ ਕੰਮ ਲਗਾਤਾਰ ਕਰਿਆ ਰਾਤ ਦਿਨ ਸਾਡੇ ਹੱਥਾਂ 'ਚੋਂ ਰੁਜ਼ਗਾਰ ਖੋ ਰਿਹਾ ਹੈ ਸਾਡੀ ਉਹ ਜਵਾਨੀ ਨੂੰ ਛੜਕਾਂ ਤੇ ਰੋਲ ਰਿਹਾ ਹੈ ਇਸ ਕਰਕੇ ਇਸ ਵਿਸ਼ੇਸ਼ਤਾਵਾਂ ਕਰਕੇ ਸਾਡਾ ਕੋਲ ਸਫਲ ਹਰ ਹਾਲ ਤੇ ਸਫਲ ਹੋਣਾ ਹੈ ਇਹਦੀਆਂ ਜੜਾਂ ਪੁੱਟੀਆਂ ਜਾਣੀਆਂ ਹੈ ਇਹਨੇ ਆਪਣੀ ਪਾਰਟੀ ਦਾ ਖਾਤਮਾ ਕਰਾ ਕੇ ਰਹਿਣਾ ਤੁਸੀਂ ਕੱਲ ਨਤੀਜੇ ਵੇਖੇ ਹੋਣੇ ਪੰਜਾਬ ਦੇ ਉੱਥੇ ਇਹਨਾਂ ਨੂੰ ਕੋਈ ਨਹੀਂ ਲੱਭਾ ਕੋਈ ਬਹੁਤ ਥੋੜੇ ਜਿਹੇ ਲੋਕ ਜਿਹੜੇ ਜਿੱਤੇ ਇਹਨਾਂ ਦੇ ਸਾਰਾ ਇਹਨਾਂ ਦਾ ਬੋਰੀਆ ਬਿਸਤਰਾ ਗੋਲ ਹੋ ਗਿਆ ਇਹਨੂੰ ਪਲ ਲੈਣਾ ਚਾਹੀਦਾ ਹੈ ਹਰਿਆਣੇ ਲਗਾਲੇ ਲਗਾਤਾਰ ਬੇਸਕ ਇੱਥੇ ਉਹਨੀ ਸਰਕਾਰ ਉਹਨੂੰ ਕਿਤੇ ਉਹ ਆਪਣੇ ਪ੍ਰੋਗਰਾਮ ਨਹੀਂ ਕਰਦੇ ਰਹੇ ਇਹ ਕਹਿਣ ਲਿਆ ਵੀ ਇਹ ਥੋੜੇ ਇੱਕ ਦੋ ਸਟੇਟਾਂ ਦਾ ਹੈ ਕੱਲ ਦਾ ਜਿਹੜਾ ਬੰਦ ਸੀ ਵੱਡੀ ਪੱਦਰ ਤੇ ਸਥਾਰੀਆਂ ਬਹੁਤ ਸਾਰੀਆਂ ਸਟੇਟਾਂ 'ਚ ਬੰਦ ਹੋਇਆ ਕੱਲ ਰੇਲਵੇ ਦੇ ਘਰਾਓ ਹੋਏ ਆ ਰੇਲਾ ਨਹੀਂ ਚੱਲਣ ਦਿੱਤੀਆਂ 4 ਘੰਟੇ ਇਹ ਕਹੀ ਜਾਂਦਾ ਕਿ ਇੱਕ ਦੋ ਸਟੇਟਾਂ ਦਾ ਹੈ ਇੱਕ ਕਿਥੋਂ ਕਿਉਂਕਿ ਇਹ ਫਾਸ਼ੀਵਾਦੀ ਸਰਕਾਰ ਹੈ ਫਾਸ਼ੀਵਾਦ ਵਾਲਾ ਬੰਦਾ ਅਸਲੀਅਤ ਨਹੀਂ ਵੇਖਦਾ ਹੁੰਦਾ ਉਹਨੂੰ ਸਤਾ ਦਾ ਨਸ਼ਾ ਚੜਿਆ ਹੋਇਆ ਹੈ ਸਤਾ ਨੂੰ ਥੱਲੇ ਗਰਾਊਂਡ ਤੇ ਦਿਖਦਾ ਨਹੀਂ ਹੈ ਇਸ ਕਰਕੇ ਉੱਪਰ ਉੱਪਰ ਫਿਰਦਾ ਹੈ ਹੈ ਲਕਾਈ ਨੂੰ ਉਹਨੂੰ ਦੱਸਦੀ ਨਹੀਂ ਹੈ ਇਸ ਕਰਕੇ ਕੋਲ ਬੇਸ਼ੱਕ ਆਪਣਾ ਲੰਬਾ ਹੋ ਜੇ ਪਰ ਨਾਲ ਦੀ ਨਾਲ ਅਸੀਂ ਸੰਸਾਰ ਪੱਧਰ ਤੇ ਉਸ ਦੀਆਂ ਨੀਤੀਆਂ ਨੂੰ ਪਿਛਲ ਮੋੜਾ ਦੇਣਾ ਜਿਹੜੀ ਸੰਸਾਰੀਕਰ ਦੇ ਦਾਰੀਕਰ ਨਿਜੀ ਕਰਦੀਆਂ ਨੀਤੀਆਂ ਲਗਾਤਾਰ ਯਾਰੀਆ ਉਸ ਧਿਆਨ ਦੇ ਨਾਲ ਸਾਨੂੰ ਇਹਦੀ ਤਿਆਰੀ ਕਰਨੀ ਚਾਹੀਦੀ ਆ ਇਸ ਘੋਲਛਾਲ ਦਾ ਨੂੰ ਸਮਝਣਾ ਚਾਹੀਦਾ ਕਿ ਐਡੇ ਵੱੱਡੇ ਤੇ ਵੱਡੇ ਤੌਰ ਤੇ ਲੋਕ ਕਿਸਾਨੀ ਨਾਲ ਸਾਡੇ ਹਿੰਦੁਸਤਾਨ ਭਾਰਤ ਜੁੜੇ ਹੋਏ ਆ ਇਸ ਕਰਕੇ ਸਾਡੇ ਘੋਲ ਦੀ ਵਿਸ਼ੇਸ਼ਤਾ ਹੈ ਵਾਛਹੀ ਉਹਨੂੰ ਕਰਕੇ ਹਟਾਂਗੇ ਤੇ ਮੋਦੀ ਦੀਆਂ ਜੜਾ ਹਲਾ ਕੇ ਰੱਖਾਂਗੇ ਤੇ ਲਗਾਤਾਰ ਇਹ ਮਜ਼ਦੂਰਾਂ ਤੇ ਕਿਸਾਨਾਂ ਨੂੰ ਉਹ ਹੱਕ ਦਿਵਾ ਕੇ ਰੱਖਾਂਗੇ ਕਿ ਜਿੱਥੇ ਕਈਆਂ ਫਸਲਾਂ ਦਾ ਭਾਅ ਮਿਥਿਆ ਜਾਂਦਾ ਉਹ ਕਈਆਂ ਫਸਲਾਂ ਦੀ ਗਰੀਦ ਦੀ ਗਾਰੰਟੀ ਕੀਤੀ ਜਾਵੇ ਉਹ ਜਿਹੜਾ ਸਾਡੇ ਦੇ ਉਹੋ ਜੀਆਂ ਫਸਲਾਂ ਕਈ ਵਾਰ ਥੋਪੀਆਂ ਜਾਂਦੀਆਂ ਜਿਹੜੀਆਂ ਕਿਤੇ ਉਹ ਸਟੇਟ 'ਚ ਹੁੰਦੀਆਂ ਨਹੀਂ ਹੈ ਉਹਨਾਂ ਦੇ ਕੀਮਤੀ ਸੋਮੇ ਬਰਬਾਦ ਹੋ ਰਹੇ ਆ ਜਦੋਂ ਮਿਨੀਮਮ ਸਪੋਰਟ ਸਪਾਈ ਸਾਰੀਆਂ ਤੇਈਆਂ ਦੀਆਂ ਤੇਈਆਂ ਫਸਲਾਂ ਦੀ ਗਾਰੰਟੀ ਹੋ ਗਈ ਫਿਰ ਡਾਇਵਰਸੀਫਿਕੇਸ਼ਨ ਵੀ ਆ ਜਾਏਗਾ ਇਹ ਮੈਂ ਹੋਰ ਫਸਲਾਂ ਵੀ ਬੀਜੀਆਂ ਜਾਣਗੀਆਂ ਤੇ ਉਹਨਾਂ ਫਸਲਾਂ ਦਾ ਪੂਰਾ ਮੁੱਲ ਮਿਲੂਗਾ ਹੁਣ ਕਿਉਂ ਪੰਜਾਬ ਤੇ ਹਰਿਆਣੇ ਚ 간 ਕਿਤੇ ਝੋਨੇ ਤੇ ਮੁਰਕੇ ਆ ਜੀਦਾ ਕਿਉਂਕਿ ਸਰਕਾਰ ਉਹਦੇ ਵਿੱਚ ਖੜਦੀ ਹੈ ਆ ਤੁਸੀਂ ਵੇਖਿਆ ਹੋਣਾ ਕਮਾਦ ਦੇ ਕਈ ਕਈ ਸਾਲਾਂ ਦੇ ਗੰਨੇ ਦੇ ਪੈਸੇ ਨਹੀਂ ਮਿਲਦੇ ਆ ਬਹੁਤ ਸਾਰੀਆਂ ਕਿਸਾਨ ਸੰਘਰਸ਼ ਕਮੇਟੀਆਂ ਉਹ ਬੜੀਆਂ ਹੋਈਆਂ ਉਸੇ ਕਰਕੇ ਮਿੱਲਾਂ ਦੀਆਂ ਮਿੱਲਾਂ ਦੇ ਜਿੱਥੇ-ਜਿੱਥੇ ਪੈਸੇ ਨਹੀਂ ਮਿਲਦੇ ਹੁਣ ਵੀ ਜਿੰਦਾਂ ਆਪਾਂ 25 26 ਨੂੰ ਆਏ ਸੀ ਫਗਵਾੜੇ ਮੈਲ ਕੋ ਧਰਨਾ ਵਜਿਆ ਸੀ 2-3 ਸਾਲ ਦੇ ਪੈਸੇ ਨਹੀਂ ਸੀ ਮਿਲੇ ਇਹ ਲਗਾਤਾਰ ਹੀ ਵੀ ਹੁਣ ਵੀ ਇਹ ਇਹ ਕਰਨਾ ਚਾਹੁੰਦਾ ਹੈ ਕਿ ਸਾਡੇ ਸਾਰੀਆਂ ਜਨਸਾਂ ਖਰੀਦ ਕੇ ਇਹ ਭਵਾਂ ਕਿਤੇ ਚਲ ਜਾਣ ਹੁਣ ਵੀ ਬਹੁਤ ਸਾਰੀਆਂ ਸਟੇਟਾਂ ਦੀਆਂ ਖਬਰਾਂ ਆਉਣ ਡੀਆਂ ਜਿੱਥੇ ਉਹ ਉਹਨਾਂ ਦੀ ਜਨਸ ਖਰੀਦ ਕੇ ਚਲ ਜਾਂਦੇ ਮੁਰਤੇ ਲਬਦਾ ਨਹੀਂ ਵਪਾਰੀ ਉਹ ਕਿੱਥੇ ਗਿਆ ਕੌਣ ਗਾਰੰਟੀ ਕਰੂ ਤੇ ਕਿੱਧਰ ਨੂੰ ਇਹ ਜਿਹੜਾ ਪੰਜਾਬ ਤੇ ਹਰਿਆਣੇ ਚ ਐਡਾ ਵੱਡਾ ਮੰਡੀਆਂ ਕਰਨ ਦਾ ਬਣਿਆ ਹੋਇਆ ਟਾਂਚਾ ਉਹ ਕਿੱਧਰ ਨੂੰ ਤੈਅ ਨਿਸ਼ ਕਰਕੇ ਜਾਣਾ ਜਿਹੜਾ ਅਰਬਾਂ ਕਰਬਾਂ ਸਾਡਾ ਸਾਰਾ ਟੈਕਸਾ ਦਾ ਲੱਗਾ ਹੋਇਆ ਹੈ ਮਹਗਾਈ ਲਗਾਤਾਰ ਵਧ ਰਹੀ ਹੈ ਹਰ ਰੋਜ਼ ਫਰੰਟ ਪੇਜ ਤੇ ਹਰ ਖਬਰ ਤੇ ਇਹ ਆਉਂਦਾ ਹੈ ਕਿ ਡੀਜ਼ਲ ਤੇ ਪੈਟਰੋਲ ਦੇ ਰੇਟ 32 ਪੈਸੇ 35 ਪੈਸੇ 30 ਪੈਸੇ ਵਧ ਗਏ ਆ ਤੇ ਜਦੋਂ ਡੀਜ਼ਲ ਪੈਟਰੋਲ ਵਧਦਾ ਹੈ ਤੇ ਸਾਰੀ ਮਹਗਾਈ ਵਧਦੀ ਹੈ ਖਾਣ ਵਾਲੇ ਤੇਲ ਜਿਹੜੇ 80 ਦੇ 85 ਰੁਪਈਆ ਦੇ ਮਿਲਦੇ ਸੀ ਹੁਣ 130 35 ਰੁਪਈਆ ਦੇ ਮਿਲਣ ਦੇ ਆ ਜਿਹੜੇ ਤੁਸੀਂ ਰਸੋਈਆਂ 'ਚ ਵਰਤਦੇ ਜੇ ਉਹ ਲਗਾਤਾਰ ਵਧ ਰਹੇ ਆ ਕਿਹਦੀ ਤਰੱਕੀ ਦੱਸਦਾ ਬੀ ਲੋਕਾਂ ਦੇ ਮੂੰਹ ਚ ਤੋ ਲਗਾਤਾਰ ਤੂੰ ਬੁਰਕੀ ਖੋ ਰਿਹਾ ਹੈ ਲਗਾਤਾਰ ਖੋ ਰਿਹਾ ਹੈ ਪਰ ਰਜਗਾਰ ਵਾਤੋ ਵਾਤ ਲੋਕਾਂ ਨੂੰ ਹੱਥਾਂ ਨੂੰ ਦਈਏ ਉਹਨੂੰ ਨਹੀਂ ਕਵਾਂਗੇ ਕਿ ਇਹ ਲੋਕਾਂ ਨੂੰ ਰਜਗਾਰ ਦੇ ਰਿਹਾ ਤੂੰ ਤਾਂ ਲੋਕਾਂ ਦੇ ਹੱਥਾਂ ਚ ਖੋ ਰਿਹਾ ਇਸ ਕਰਕੇ ਹੁਣ ਖੇਤੀ ਦਾ ਨਿੱਜੀਕਰਨ ਹੋ ਰਿਹਾ ਉਸ ਨਿੱਜੀਕਰਨ ਦੇ ਖਿਲਾਫ ਤੁਹਾਡੀ ਲੜਾਈ ਜਿਹੜੀ ਸੰਸਾਰ ਪੱਧਰ ਤੇ ਬਣ ਜਾ ਰਹੀ ਆ ਉਹਦੇ ਤੁਸੀਂ ਉਹਨੂੰ ਤੂੰ ਸਫਲ ਹੋਣ ਜਾ ਰਹੇ ਹੋ ਤੇ ਮੋਦੀ ਦੀਆਂ ਲਗਾਤਾਰ ਜੜਾ ਪੁੱਟ ਰਹੇ ਹੋ ਬਹੁਤ ਬਹੁਤ ਧੰਨਵਾਦ ਓ ਸ੍ਰੀ ਅਕਾਲ ਧਰਵਾ ਜੀ ਮੈਂ ਆਪਣੇ ਮੇਰਾ ਕੋਈ ਗੁੱਸਾ ਨਾ ਕਰਨ ਬੇ ਸ਼ਾਇਦ ਜੇ ਕਹਿਣ ਲੱਗਾ ਭਈ ਸਾਡੇ ਸਾਰੇ ਸਤਿਕਾਰਯੋਗ ਸੂਬੇ ਦੇ ਪ੍ਰਧਾਨ ਸਟੇਜ ਤੇ ਆਏ ਅੱਜ ਟਾਈਮ ਦਾ ਇੱਧਰ ਉੱਧਰ ਥੋੜਾ ਹੋਏ ਜਾਂਦਾ ਕਿਉਂਕਿ ਕਈ ਸਾਡੇ ਆਊਟ ਆਫ ਸਟੇਟ ਤੋਂ ਆਦੇ ਆ ਬਹੁਤ ਆਸ ਰੱਖ ਕੇ ਆਦੇ ਵੀ ਸਾਨੂੰ ਉੱਤੇ ਸਮਾਂ ਮਿਲੂਗਾ ਅਸੀਂ ਉਹਨਾਂ ਨੂੰ ਪਹਿਲ ਜਿੰਨੀ ਦੇ ਹੁੰਦੀ ਹੈ ਦੇਨੇ ਆ ਤੇ ਸਾਡੇ ਬਹੁਤ ਮਾਣਯੋਗ ਪ੍ਰਧਾਨ ਹੈ ਉਹ ਆਇਆ ਕਰਨ ਦੂਏ ਤੀਏ ਸਟੇਜ ਪਰ ਬੈਠਿਆ ਵੀ ਕਰਨ ਕੱਲੇ ਬੋਲਣ ਲਈ ਨਾ ਪਾਈਏ ਤੇ ਆਪਾਂ ਸਟੇਜ ਨੂੰ ਸਿਯਾਈਏ ਵੀ ਜ਼ਰੂਰ ਤੇ ਲੋਕਾਂ ਦੇ ਸਾਹਮਣੇ ਬੈਠੀਏ ਤੇ ਮੈਂ ਕਈ ਵਾਰੀ ਟਾਈਮ ਇੱਕ ਇਧਰ ਇਧਰ ਹੋ ਜਾਂਦਾ ਆ ਇਸ ਕਰਕੇ ਕਿਸੇ ਨੂੰ ਗੁੱਸਾ ਵੀ ਨਹੀਂ ਕਰਨਾ ਚਾਹੀਦਾ